पंडित भास्कर राव, जाने पंडित भास्कर बुआ बाखले। June 1918 च मैं गंधर्व महाविद्यालय गया। उस बरे दे पौंद कॉलेज ने अपना पहला संगीत जलसा किया सी। पुराने मुंडे अजे ताई उहदे जादू विच सन, जो वेख्यो सुनियो ने भुलदा ही नहीं सने। सानू भी तांग जी लख लोती ते असीं ढेर चा नाल अगला जलसा उड़ीकन लग पए। यह जलसा 1919 दी 3 to 5 May ताई पंडित बाल कृष्ण बुआ दी प्रधानी विच करावण दा मता सी। नाल साज वखाली भी होनी सी। ਇਹ ਤਾਂ ਫੀਤਾ ਪੰਡਿਤ ਭਾਸਕਰ ਬੂਆ ਬਾਖਲੇ ਯਾਨੀ ਪੰਡਿਤ ਭਾਸਕਰ ਰਾਓ ਨੇ ਕੱਟਣਾ ਸੀ। ਸਾਡੇ ਵਿੱਚੋਂ ਕਿਸੇ ਵੀ ਨਹੀਂ ਸਨ ਸੁਣੇ ਹੋਏ ਪੰਡਿਤ ਭਾਸਕਰ ਰਾਓ। ਗਵਈਆਂ ਵਿੱਚ ਤਾਂ ਪੜ੍ਹਿਆ, ਗਵਈਆਂ ਵਿੱਚ ਨਾ ਪੜ੍ਹਿਆ ਤਾਂ ਅਚਨਪੇੜੇ ਲੱਗ ਗਏ। ਸਾਨੂੰ ਹੋਸਟਲ ਰਹਿਣ ਵਾਲਿਆਂ ਨੂੰ ਢੇਰ ਰੋਕਣਾ ਸਨ। ਕਿਸੇ ਪਾਰੇ ਕਾਰਨ ਬਾਅਦ ਹੋਸਟਲੋਂ ਬੰਨੇ ਨਹੀਂ ਸਾਂ ਜਾ ਸਕਦੇ। ਇਹਦੀ ਪਾਰੋਂ ਅਸੀਂ ਬਾਹਰਲੀ ਸੰਗੀਤ ਦੁਨੀਆ ਤੋਂ ਅਸਲੋਂ ਹੀ ਬੇਖਬਰ ਸਾਂ। ਹਫ਼ਤੇ ਦੇ ਛੇਕੜੇ ਦਿਹਾੜ ਉਸਤਾਦ ਲੋਕ ਮੁੰਡਿਆਂ ਨਾਲ ਗੱਪਸ਼ੱਪ ਕਰਨ ਆ ਜਾਂਦੇ ਸਨ। ਉਹ ਅਕਸਰ ਪਿਛਲੇ ਹਫ਼ਤੇ ਕਿਸੇ ਨਾ ਕਿਸੇ ਖਾਨ ਸਾਹਿਬ ਨੂੰ ਅਤੇ ਆਉਂਦੇ ਹਫ਼ਤੇ ਕਿਸੇ ਨਾ ਕਿਸੇ ਬੂਵੇ ਨੂੰ ਸੁਣਨ ਜਾਣ ਦੀਆਂ ਗੱਲਾਂ ਕਰਦੇ। ਅਜਿਹੇ ਵੇਲਿਆਂ 'ਤੇ ਪੰਡਿਤ ਭਾਸਕਰ ਰਾਓ ਦਾ ਨਾਂ ਬੜੇ ਆਦਰ ਨਾਲ ਲਿਆ ਜਾਂਦਾ। ਸਿੱਟੇ ਮੂਜਬ ਮੈਨੂੰ ਪੰਡਿਤ ਜੀ ਦੀ ਢੇਰ ਤਾਂਘ ਜਾਗ ਪਈ। ਮੇਰਾ ਦਿਲ ਉਹਨਾਂ ਦੇ ਛੇਤੀ ਤੋਂ ਛੇਤੀ ਦਰਸ਼ਨਾਂ ਨੂੰ ਕਰਦਾ ਰਹਿੰਦਾ। ਇੱਕ ਦਿਨ ਇੱਕ ਬੇਲੀ ਨੇ ਸੜਕ 'ਤੇ ਜਾਂਦੇ ਦੋ ਬੰਦਿਆਂ ਵੱਲ ਧਿਆਨ ਕਰਾਉਂਦਿਆਂ ਦੱਸਿਆ, ਉਹ ਵੇਖ ਭਾਸਕਰ ਬੂਆ ਜਾਂਦੇ ਪਏ ਨੇ, ਮਾੜੀ ਕਿਸਮਤ ਦੋਵਾਂ ਬੰਦਿਆਂ ਇੱਕੋ ਜਿਹੇ ਕੱਪੜੇ ਪਾਏ ਹੋ, ਪਤਾ ਨਾ ਲੱਗਿਆ ਭਾਸਕਰ ਬੂਆ ਕਿਹੜੇ ਨੇ। ਸਾਜ਼ ਵਿਖਾਲੀ ਮਈ ਦੀ 2 ਤਾਰੀਖ ਨੂੰ ਪਿਛਲੇ ਪੈਰ 5 ਵਜੇ ਹੋਣੀ ਸੀ। 4:30 ਭਾਸਕਰ ਬੂਆ ਨੇ ਕਾਲਜੋਂ ਸਾਰਿਆਂ ਨਾਲ ਸ਼ਾਸਤਰੀ ਹਾਲ ਟੁਰਨਾ ਸੀ। ਉਹਨਾਂ ਨੂੰ ਘਰੋਂ ਕਾਲਜ ਲਿਆਵਣ ਮੇਰੇ ਜ਼ਿੰਮੇ ਲੱਗਾ। ਮੈਂ ਗੱਡੀ ਫੜੀ ਅਤੇ ਗ੍ਰਾਂਟ ਰੋਡ ਬ੍ਰਿਜ ਦੇ ਨੇੜੇ ਤੇੜੇ ਕਿਤੇ ਭਾਸਕਰ ਬੂਆ ਦੇ ਘਰ ਨੂੰ ਟੁਰ ਪਿਆ। ਅੱਗੋਂ ਉਹ ਸਗਵੇਂ ਕੱਪੜਿਆਂ ਵਾਲੇ 2 ਜਣੇ ਮੇਰੇ ਵੱਲ ਟੁਰੇ ਆਉਣ। ਮੈਂ ਗੱਡੀ ਤੋਂ ਲੈ ਕੇ ਹੱਥ ਬੰਨ੍ਹਦਿਆਂ ਸਲਾਮ ਕੀਤਾ ਅਤੇ ਦੱਸਿਆ ਉਹਨਾਂ ਨੂੰ ਹੀ ਲੈਣ ਆਇਆ ਹਾਂ। ਇੱਕ ਜਣੇ ਪਹਿਲ ਕਰਕੇ ਗੱਡੀ ਵੱਲ ਵੱਧਦੇ ਆਖਿਆ, ਬਈ ਤੁਹਾਡੇ ਗੁਰੂ ਜੀ ਵੇਲੇ ਦੇ ਪੱਕੇ ਨੇ, ਸੋਚਿਆ ਚਿਰ ਨਾ ਹੋ ਜਾਏ, ਕੁਝ ਪਹਿਲਾਂ ਹੀ ਟੁਰ ਪਈਏ। ਮੈਨੂੰ ਸ਼ੁਭਾ ਨਾ ਰਿਹਾ, ਇਹੋ ਭਾਸਕਰ ਬੂਆ ਸਨ। ਮਗਰੋਂ ਪੁੱਛਣ 'ਤੇ ਪਤਾ ਲੱਗਾ ਸੰਗਤੀ ਰਘੂਬੀਰ ਪਨੇਟਰ ਸਨ। ਉਹ ਆਮ ਜ਼ਿੰਦਗੀ ਦੇ ਨਾਲ ਨਾਲ ਹਾਰਮੋਨੀਅਮ 'ਤੇ ਵੀ ਭਾਸਕਰ ਬੂਆ ਜੀ ਦਾ ਸਾਥ ਦਿੰਦੇ ਸਨ। ਭਾਸਕਰ ਬੂਆ ਸ਼ਾਮ ਦੇ ਪਿੜ ਵਿੱਚ ਗਵੇਂ ਹਾਲ ਸੁਣਵਈਆਂ ਨਾਲ ਤੂਸਿਆ ਪਿਆ ਸੀ। ਦੁਲਾਡਿਓਂ ਆਈ ਦੁਨੀਆ 'ਤੇ ਇਥਾਵੇਂ ਲੋਕ ਗੁਣੀ ਕਸਬੀ ਬੰਦੇ ਅਗਲੀ ਪਾਲ ਵਿੱਚ ਬੈਠੇ ਸਨ। ਆਚਾਰੀਆ ਬਾਲ ਕ੍ਰਿਸ਼ਨ ਬੂਆ ਚੌਂਤਰੇ ਦੇ ਅਸਲੋਂ ਸਾਹਮਣੇ ਕੁਰਸੀ ਉੱਤੇ ਸਨ, ਤਾਂ ਜੋ ਚੰਗੀ ਲੱਗਦੀ ਨਿੱਕੀ ਤੋਂ ਨਿੱਕੀ ਸ਼ੈ ਵਡਿਆ ਸਕਣ। ਭਾਸਕਰ ਬੂਆ ਪੂਰਾ 1.5 ਘੰਟਾ ਗਵੇ ਸੁਣਵਈਆਂ ਵੱਲੋਂ ਅਸ਼ਟਪਦੀ ਜੈ ਦੇਵ ਦਾ ਜੋੜਿਆ 8 ਤੁਕਾਂ ਦਾ ਗਾਵਣ ਤੁਰਪਤ ਤਮਾਰ ਵਿੱਚ ਗਾਉਂਦੇ ਨੇ ਦੀ ਫਰਮਾਇਸ਼ ਹੋਵਣ ਲੱਗ ਪਈ। ਉਹ ਮੰਨ ਗਏ ਅਤੇ ਇਹ ਰਾਗ ਬਸੰਤ ਵਿੱਚ ਗਵਿਆ।
ਸੁਣਵਈਏ ਉਹਨਾਂ ਦੇ ਸਾਰੇ ਗਾਇਨ ਤੇ ਢੇਰ ਰਾਜ਼ੀ ਹੋਏ। ਸਾਡੇ ਗੁਰੂ ਜੀ ਜਲਸੇ ਮਗਰੋਂ ਸਭਨਾ ਕਲਾਕਾਰਾਂ ਨੂੰ ਲੰਗਰ ਕਰਾਉਂਦੇ ਸਨ। ਲੰਗਰਖਾਨੇ ਵਿੱਚ ਹਿੰਦੂ ਅਤੇ ਮੁਸਲਮਾਨ ਕਲਾਕਾਰ ਆਮੋ ਸਾਹਮਣੀਆਂ ਦੋ ਪਾਲਾਂ ਵਿੱਚ ਬਾਏ ਜਾਂਦੇ, ਵਿਚਕਾਰ 5-6 ਫੁੱਟ ਦਾ ਵੇਲ ਵਰਤਾਵਿਆਂ ਦੀ ਆ ਜਾ ਲਈ ਛੱਡਿਆ ਹੁੰਦਾ। ਪਹਿਲੀ ਪਾਲ ਦੇ ਅੱਧ ਵਿਚਕਾਰ ਗਵਈਆਂ ਦੇ ਬਾਬੇ ਗਿਆਨ ਆਚਾਰੀਆ ਬਾਲ ਕ੍ਰਿਸ਼ਨ ਬੂਆ ਅਤੇ ਨਾਲ ਅੱਗੇ ਭਾਸਕਰ ਬੂਆ ਬਾਖਲੇ ਬੈਠੇ ਸਨ ਅਤੇ ਫਿਰ ਬਾਲ ਕ੍ਰਿਸ਼ਨ ਜੀ ਦੇ ਸ਼ਾਗਿਰਦ। ਬਾਲ ਕ੍ਰਿਸ਼ਨ ਬੂਆ ਦੇ ਅਸਲੋਂ ਸਾਹਮਣੇ ਖਾਨ ਸਾਹਿਬ ਮੁਹੰਮਦ ਖਾਨ, ਖਾਨ ਸਾਹਿਬ ਵਲੈਤ ਖਾਨ ਦੇ ਵੱਡੇ ਭਰਾ, ਉਸਤਾਦ ਅਬਦੁਲ ਅਜ਼ੀਜ਼ ਖਾਨ, ਉਸਤਾਦ ਵਲੈਤ ਹੁਸੈਨ ਅਤੇ ਉਹਨਾਂ ਦੇ ਘਰਾਣੇ ਦੇ ਲੋਕ ਲੜੀਵਾਰ ਬੈਠੇ ਹੋਏ ਸਨ। ਰਿਵਾਜ ਮੁਜਬ ਰੋਟੀ ਖੁੱਲ੍ਹਣ ਤੋਂ ਅਗਦੀ ਪ੍ਰਾਹੁਣਿਆਂ ਨੇ ਸੰਸਕ੍ਰਿਤ ਅਤੇ ਮਰਾਠੀ ਦੇ ਸ਼ਲੋਕ ਗਵੇ। ਮੁਸਲਮਾਨਾਂ ਵੀ ਉਹਨਾਂ ਨਾਲ ਸੁਰ ਲਾਇਆ ਤਾਂ ਆਲ ਦੁਆਲਾ ਖੁਸ਼ੀ ਅਤੇ ਸੱਚੇ ਪਿਆਰ ਦੀ ਖੁਸ਼ਬੋਈ ਨਾਲ ਮਹਿਕ ਪਿਆ। ਮੈਂ ਭਾਸਕਰ ਬੂਆ ਦੀ ਕਲਾ ਦੀਆਂ ਬਾਰੀਕੀਆਂ ਤਾਂ ਨਹੀਂ ਸਾਂ ਗਿਣਾ ਸਕਦਾ, ਪਰ ਉਹਨਾਂ ਦਾ ਸੰਗੀਤ ਮੈਨੂੰ ਬਹੁ ਉਚੇਚੇ ਮਨ ਦਾ ਜ਼ਰੂਰ ਲੱਗਦਾ ਸੀ, ਜਿਹਨੂੰ ਕਈ ਕਈ ਵਾਰ ਸੁਣਿਆ ਵੀ ਭੁੱਖ ਨਹੀਂ ਸੀ ਲੱਥਦੀ। ਭਾਸਕਰ ਬੂਆ ਅਗਲੇ ਦੋ ਸੰਗੀਤ ਜਲਸਿਆਂ 'ਚ ਆਏ। ਉਹ ਬ੍ਰਾਹਮਣ ਸਭਾ ਦੇ ਸਾਲ ਦੇ ਸਾਲ ਲਾਏ ਗਣਪਤੀ ਮੇਲੇ 'ਤੇ ਵੀ ਲਾਜ਼ਮਨ ਗਾਉਂਦੇ ਸਨ। ਉਹਨਾਂ ਦੇ ਗਾਣੇ ਦੀਆਂ ਚੋਖੀਆਂ ਬੈਠਕਾਂ ਸਾਡੇ ਕਾਲਜ ਦੇ ਵੱਡੇ ਹਾਲ ਵਿੱਚ ਹੁੰਦੀਆਂ। ਘੱਟੋ ਘੱਟ ਮੈਂ ਇਹੋ ਜਿਹੀਆਂ 15 ਬੈਠਕਾਂ ਤਾਂ ਸੁਣੀਆਂ ਹੋ ਸਨ। ਜੂਨ 1922 'ਚ ਮੈਂ ਕਾਲਜ ਤੋਂ ਵਿਹਲਾ ਹੋਣਾ ਸੀ। ਮਨ ਵਿੱਚ ਨੀਤ ਲਈ ਜਿੱਥੋਂ ਤਿੱਕਰ ਵੀ ਹੋਇਆ ਭਾਸਕਰ ਬੂਆ ਦੇ ਸੰਗੀਤ ਦਾ ਲਾਭ ਲੈ ਸਾਂ, ਪਰ ਇਹ ਮੇਰਾ ਸੁਪਨਾ ਹੀ ਰਹਿ ਗਿਆ। ਮੈਂ ਹਾਲੇ ਕਾਲਜ 'ਚ ਹੀ ਸਾਂ। 8 ਅਪ੍ਰੈਲ 1922 ਨੂੰ ਪੂਨੇ ਤੋਂ ਉਹਨਾਂ ਦੇ ਚਲਾਣੇ ਦੀ ਭੈੜੀ ਖਬਰ ਆ ਗਈ। 1922 'ਚ ਬ੍ਰਾਹਮਣ ਸਭਾ ਦਾ ਗਣਪਤੀ ਮੇਲਾ ਸਾਡੇ ਕਾਲਜ ਦੇ ਹਾਲ ਵਿੱਚ ਹੋਇਆ। ਭਾਸਕਰ ਬੂਆ ਨਹੀਂ ਸਨ। ਮੇਲੇ ਵਾਲਿਆਂ ਉਹਨਾਂ ਦੇ ਮਨਪਸੰਦ ਸ਼ਾਗਿਰਦ ਮਾਸਟਰ ਕ੍ਰਿਸ਼ਨ ਰਾਓ ਨੂੰ ਗਾਉਣ ਲਈ ਸੱਦਿਆ। ਮਾਸਟਰ ਕ੍ਰਿਸ਼ਨ ਰਾਓ ਜਵਾਨੀ ਦੇ ਸਿਖਰ 'ਤੇ ਸਨ। ਲੱਗਦਾ ਸੀ ਉਹਨਾਂ ਨੂੰ ਆਪਣੇ ਉੱਤੇ ਆਈ ਭਾਰੀ ਬਿਲੇਦਾਰੀ ਦੀ ਢੇਰ ਸੁਰਤ ਸੀ। ਉਹਨਾਂ ਵੀਰ ਆਸਨ ਧਾਰਿਆ ਤਾਂ ਉਹ ਬਹੁ ਆਪ ਵਸਾਹ ਵਿੱਚ ਸਨ। ਡਿੱਗ ਆਦਰ ਨਾਲ ਗੁਰੂ ਦਾ ਨਾਮ ਸਿਮਰ ਕੇ ਰਾਗ ਭੋਪਾਲੀ ਵਿੱਚ ਅਬ ਮਨਾ ਲੇ ਦਾ ਖਿਆਲ ਛੋਏ ਉਹਨੇ। ਉਸ ਦਿਨ ਭਾਸਕਰ ਬੂਆ ਦੇ ਸ਼ਾਗਿਰਦ ਯਾਰ ਬੇਲੀ ਅਤੇ ਚਾਹਵਾਨ ਹੀ ਬੈਠੇ ਹੋਏ ਸਨ ਸਾਰੇ। ਨੌਜਵਾਨ ਗਵੱਈਆ ਐਡੇ ਸੁਚੱਜ ਨਾਲ ਗਵਿਆ ਜੋ ਬਹੁਤ ਸਾਰੇ ਸੁਣਵਈਆਂ ਸਹੀ ਕੀਤਾ, ਸਗੋਂ ਕਈਆਂ ਆਖਿਆ ਵੀ ਲੋਕਾਂ ਨੂੰ ਭਾਸਕਰ ਬੂਆ ਦੀ ਗਾਇਕੀ ਕਦੀ ਨਾ ਵਿਸਰ ਸੀ। ਉਸ ਦਿਨ ਮੇਰੇ ਉੱਤੇ ਮਾਸਟਰ ਕ੍ਰਿਸ਼ਨ ਰਾਓ ਦੇ ਸੰਗੀਤ ਦਾ ਐਸਾ ਜਾਦੂ ਹੋਇਆ, ਮੈਂ ਉਹਨਾਂ ਦਾ ਭਗਤ ਹੋ ਗਿਆ। ਅਗਲੇ 4-5 ਵਰ੍ਹਿਆਂ ਵਿੱਚ ਉਹ ਬੰਬੇ ਜਿੰਨਾ ਵੀ ਗਵੇ ਮੈਂ ਰੱਜ ਕੇ ਸੁਣਿਆ। 22 ਮਾਰਚ ਮੇਰੀ ਸੰਗੀਤ ਸਿੱਖਿਆ ਪੂਰੀ ਹੋਈ। ਮੈਂ ਆਪਣੀ ਥਾਂ ਲੈ ਕੇ ਰਹਿਣ ਲੱਗ ਪਿਆ। ਮੇਰੇ ਲਈ ਕਸਬ ਕਲਾਬ ਵਾਲੇ ਲੋਕਾਂ ਨੂੰ ਮਿਲਣਾ ਅਸਲੋਂ ਸੌਖਾ ਹੋ ਗਿਆ। ਮੈਂ ਟ੍ਰੇਨਿਟੀ ਕਲੱਬ ਜਾਣ ਲੱਗ ਪਿਆ। ਉੱਥੇ ਸਾਰੇ ਲੋਕ ਭਾਸਕਰ ਬੂਆ ਦੇ ਢੇਰ ਨੇੜੇ ਰਹਿ ਸਨ ਅਤੇ ਸੱਜ ਵਿਛੋੜੇ ਪਾਰੋਂ ਉਹਨਾਂ ਦੀਆਂ ਗੱਲਾਂ ਛੇੜੀ ਰੱਖਦੇ ਸਨ। ਇੱਥੇ ਹੀ ਬਲਵੰਤ ਰਾਓ ਬਰਵੇ ਮੇਰੇ ਜਾਣੂ ਬਣੇ। ਉਹ ਬੂਆ ਸਾਹਿਬ ਦੇ ਹੱਦੋਂ ਬਾਹਲੇ ਚਾਹਵਾਨ ਸਨ। ਉਹਨਾਂ ਬੂਆ ਸਾਹਿਬ ਤੋਂ ਸੰਗੀਤ ਸਿੱਖਿਆ ਸੀ ਅਤੇ ਰੋਜ਼ ਸ਼ਾਮ ਨੂੰ ਨੌਕਰੀਓਂ ਆ ਕੇ ਰਿਆਜ਼ ਕਰਦੇ ਸਨ। ਉਹਨਾਂ ਦਾ ਆਵਾਜ਼ ਕੋਈ ਬਹੁਤ ਚੰਗਾ ਨਹੀਂ ਸੀ, ਪਰ ਆਪਣੇ ਗੁਰੂ ਦਾ ਅੰਗ
ਉਹਨਾਂ ਨੂੰ ਪੂਰਾ ਆਉਂਦਾ ਸੀ। ਮੈਂ ਵੀ ਰਿਆਜ਼ ਵੇਲੇ ਉਹਨਾਂ ਦੇ ਕੋਲ ਹੀ ਹੁੰਦਾ, ਵਿਹਲੇ ਹੁੰਦੇ ਤਾਂ ਮੈਂ ਭਾਸਕਰ ਬੂਆ ਬਾਰੇ ਪੁੱਛਣਾ ਸ਼ੁਰੂ ਕਰ ਦਿੰਦਾ। ਉਹ ਮੇਰੇ ਹਰ ਸਵਾਲ ਦਾ ਜਵਾਬ ਬੜੇ ਵੇਰਵੇ ਨਾਲ ਦਿੰਦੇ। ਇੱਕ ਵਾਰੀ ਮੈਂ ਪੁੱਛਿਆ, ਦੱਸਣ ਢੰਗ ਕੀ ਹੁੰਦਾ ਸਾਣੇ? ਬਰਵੇ ਸਾਹਿਬ ਦੱਸਿਆ, ਬੂਆ ਸਾਹਿਬ ਸੁਰ, ਸੁਰਤੀਆਂ, ਵਾਦੀ, ਸੰਵਾਦੀ ਜਿਹੀਆਂ ਕਿਤਾਬੀ ਗੱਲਾਂ ਤੋਂ ਪਰਹੇਜ਼ ਹੀ ਕਰਦੇ ਸਨ। ਉਹਨਾਂ ਦੀ ਆਦਤ ਸੀ ਹਰ ਰਾਗ ਦੇ ਸੁਰਾਂ ਦੀ ਕਈ ਕਈ ਵਾਰ ਰਿਆਜ਼ਤ ਕਰਾਉਂਦੇ। ਜਿਵੇਂ ਰਾਗ ਬਹਾਰ ਗਾਉਂਦਾ ਪਿਆ ਤਾਂ ਉਹ ਦੱਸਦੇ, ਰੇਨੀ ਸਾ ਧਾਨੀ ਸਾ ਨੀ ਪਾ, ਮਾਪਾ ਗਾ ਮਾਰੇ ਸਾ ਮਾ, ਪਾਗਾ ਮਾ ਨੀ ਧਾਨੀ ਸਾ। ਇਹ ਸੁਰ ਗਾਉਂ ਕੇ ਦੱਸਦੇ, ਸਰਗਮ ਕਰਕੇ ਨਹੀਂ ਸਗੋਂ ਆਕਾਰ ਰਾਹੀਂ। ਫਿਰ ਅਡੋਲ ਹੀ ਮੂੰਹ ਵਿੱਚ ਪਾਣ ਧਰ ਕੇ ਚਿੱਥਣ ਲੱਗ ਪੈਂਦੇ। ਅਸੀਂ ਦੱਸਿਆ ਹੋਇਆ ਟੋਟਾ ਪੂਰਾ ਘੰਟਾ ਪਕਾਉਂਦੇ ਰਹਿੰਦੇ। ਦੂਜੇ ਦਿਨ ਅਸੀਂ ਫਿਰ ਇਹੋ ਕੁਝ ਕਰਦੇ, ਪਕਾ ਪਕਾ ਕੇ ਅਖੀਰ ਅੱਕ ਜਾਂਦੇ। ਤੀਜੇ ਦਿਨ ਗੁਰੂ ਜੀ ਇਹੋ ਮੁੜ ਛੁੰਦੇ ਤਾਂ ਮੈਂ ਖੱਪ ਪਾ ਦਿੰਦਾ, ਹੁਣ ਕੁਝ ਹੋਰ ਕਰਾਓ। ਉਹ ਹੱਸ ਪੈਂਦੇ, ਤੁਸੀਂ ਹਜ਼ਾਰ ਵਾਰ ਦੁਰਾ ਕੇ ਸੌੜੇ ਪੈ ਗਏ ਹੋ, ਇਹਦਾ ਮਤਲਬ ਤੁਹਾਨੂੰ ਰਾਗ ਬਹਾਰ ਆ ਗਿਆ, ਚਲੋ ਮੇਰੇ ਨਾਲ ਗਵੋ, ਤੁਹਾਨੂੰ ਮੇਰੀ ਗੱਲ ਆਪੇ ਸਮਝ ਆ ਜਾ ਸੀ। ਉਹ ਖਿਆਲ ਦਾ ਪੌਂਦ ਛੋਹ ਲੈਂਦੇ ਅਤੇ ਸਾਨੂੰ ਬੜਤ ਕਰਨ ਦਾ ਆਖਦੇ। ਅਸੀਂ ਪੌਂਦ ਦਾ ਬੋਲ ਦੁਰਾਉਂਦੇ, ਉਹਨਾਂ ਦੇ ਚੇਤੇ ਕਿਰਾਏ ਸੁਰ ਦੀ ਵਰਤ ਵੇਖਦੇ, ਪਰ ਗੱਲ ਨਾ ਬਣਦੀ, ਸਾਨੂੰ ਸਮਝ ਨਾ ਆਉਂਦੀ ਅੱਗੇ ਕਿਵੇਂ ਕਰੀਏ, ਅਤੇ ਉਹਨਾਂ ਦੇ ਆਖੇ ਦਾ ਮਤਲਬ ਵੀ ਸਮਝ ਨਾ ਆਉਂਦਾ। ਬੂਆ ਸਾਹਿਬ ਕਹਿੰਦੇ, ਤੁਸਾਂ ਜਿਹੜਾ ਟੋਟਾ ਚੇਤੇ ਕੀਤਾ, ਇਹਦੇ ਵਿੱਚ ਸੁਰਾਂ ਦੇ ਵੱਖਰੇ ਵੱਖਰੇ ਫਿਕਰੇ ਨੇ, ਉਹਨਾਂ ਨੂੰ ਇੰਜ ਕਰਕੇ ਵੱਖਰਿਆਂ ਕਰੋ, ਗਾ ਮਾਰੇ ਸਾ ਸਾ ਮਾ ਪਾ ਗਾ, ਮਾਰੇ ਸਾ ਨੀ ਧਾਨੀ ਸਾ। ਉਹ ਸਕੇਲ ਨੂੰ ਸੈਕਸ਼ਨਾਂ 'ਚ ਵੱਖਰਾ ਕਰ ਦਿੰਦੇ ਅਤੇ ਦੱਸਦੇ ਮੁੱਢਲੇ ਸਕੇਲ ਵਿੱਚੋਂ ਉਹ ਕਿਵੇਂ ਬਣੇ ਨੇ। ਸਾਰੇ ਭੇਤ ਦੀ ਇਹੋ ਕੁੰਜੀ ਹੁੰਦੀ, ਸਾਨੂੰ ਸਮਝ ਲੱਗ ਜਾਂਦੀ, ਸਾਰਾ ਰਾਗ ਸਾਡੇ ਸਾਹਮਣੇ ਉੱਗੜ ਆਉਂਦਾ, ਸਾਡਾ ਕਾਬਲਣ ਮੁੱਕ ਜਾਂਦਾ ਅਤੇ ਅਸੀਂ ਬੂਆ ਸਾਹਿਬ ਨਾਲ ਗਾਉਣ ਲੱਗ ਪਾਉਂਦੇ। ਗੁਰੂ ਜੀ ਗ੍ਰਾਮਰ ਦੀਆਂ ਪੇਚਦਾਰੀਆਂ ਵਿੱਚ ਨਹੀਂ ਸਨ ਪੈਂਦੇ, ਉਹਨਾਂ ਦਾ ਨਿਸ਼ਾਨਾ ਹੁੰਦਾ ਅਲਾਪ ਅਤੇ ਤਾਨਾ, ਹਜ਼ਾਰਾਂ ਵਾਰ ਆਖੀਆਂ ਜਾਵਣ ਤਾਂ ਜੋ ਸੁਰਾਂ ਵਿੱਚ ਸਫਾਈ ਸੁਥਰਾਈ ਆਵੇ ਅਤੇ ਦਮ ਪੁਖਤ ਹੋ ਜਾਵਣ। ਬਰਵਾ ਜੀ ਇੱਕ ਹੋਰ ਗੱਲ ਵੀ ਸੁਣਾਉਂਦੇ। ਇੱਕ ਸ਼ਾਮ ਬੂਆ ਸਾਹਿਬ ਸਾਨੂੰ ਪੰਜਾਂ ਛੀਆਂ ਸ਼ਾਗਿਰਦਾਂ ਨੂੰ ਨਾਲ ਲੈ ਕੇ ਫਿਰਨ ਨਿਕਲ ਪਏ। ਅਸੀਂ ਪਿੰਡੀ ਬਾਜ਼ਾਰ ਦੇ ਲਾਗੇ ਇੱਕ ਘਰ ਅਪੜੇ। ਵੱਡਾ ਬੂਆ ਲੰਘ ਕੇ ਇੱਕ ਵੱਡਾ ਸਾਰਾ ਬਰਾਂਡਾ ਆਉਂਦਾ ਸੀ। ਅਸੀਂ ਪਾਲ ਬੰਨ੍ਹ ਕੇ ਉੱਥੇ ਖਲੋ ਗਏ। ਅੰਦਰ ਕੋਈ ਗਾਉਂਦਾ ਪਿਆ ਸੀ। ਬੂਆ ਸਾਹਿਬ ਨੇ ਸਾਨੂੰ ਧਿਆਨ ਨਾਲ ਸੁਣਨ ਦਾ ਇਸ਼ਾਰਾ ਕੀਤਾ ਅਤੇ ਅਸੀਂ ਜਿੱਥੇ ਖਲੋਤੇ ਸਾਂ ਉੱਥੇ ਹੀ ਗੱਡੇ ਗਏ। ਗਾਉਣ ਵਾਲਾ ਭੂਪ ਕਲਿਆਣ ਦੇ ਸਕੇਲ ਦੁਰਾਈ ਆਉਂਦਾ ਸੀ। ਆਵਾਜਾਵੀ ਦਾ ਇੱਕ ਨਾ ਮੁੱਕਣ ਵਾਲਾ ਚੱਕਰ ਬੱਝਿਆ ਆਇਆ ਸੀ। ਅਸੀਂ ਪੂਰਾ ਇੱਕ ਘੰਟਾ ਉੱਥੇ ਖਲੋਤੇ, ਇਹ ਕੁਝ ਸੁਣਦੇ ਰਹਿ। ਪਹਿਲੇ ਅੱਧੇ ਘੰਟੇ ਮਗਰੋਂ ਪਹਿਰੇ ਦਾ ਇੱਕ ਇੱਕ ਸੁਰ ਮਿੱਠਾ ਅਤੇ ਰੋਸ਼ਨ ਜਾਪਣ ਲੱਗ ਪਿਆ ਅਤੇ ਪੂਰੀ ਮਸ਼ਕ ਆਪਣੇ ਅਖੀਰ ਤਾਈਂ ਇੰਨੀ ਰਵਾਂ ਹੋ ਗਈ। ਹਰ ਸੁਰ ਮੋਤੀਆਂ ਦੇ ਦਾਣੇ ਵਾਕਣ ਇੱਕੋ ਜਿਹਾ ਗੋਲ, ਸਾਫ ਅਤੇ ਮਨ ਛਿਕਵਾਂ ਵਿਖਾਲੀ ਦੇਣ ਲੱਗ ਪਿਆ। ਬੂਆ ਸਾਹਿਬ ਸਾਨੂੰ ਕਮਰੇ 'ਚ ਲੈ ਗਏ। ਗਾਇਕ ਨੇ ਗਾਣਾ ਛੱਡ ਕੇ ਬੂਆ ਸਾਹਿਬ ਨੂੰ ਜੀ ਆਇਆ ਆਖਿਆ ਅਤੇ ਅਚਨਚੇਤ ਆਉਣ ਦਾ ਕਾਰਨ ਪੁੱਛਿਆ। ਬੂਆ ਸਾਹਿਬ ਆਖਣ ਲੱਗੇ,
ਇਹ ਮੇਰੇ ਸ਼ਾਗਿਰਦ ਨੇ, ਰਿਆਜ਼ਤ ਤੋਂ ਕਾਹਲੇ ਪੈਂਦੇ ਨੇ, ਪਤਾ ਨਹੀਂ ਨੇ ਇੱਕ ਇੱਕ ਤਾਨ ਹਜ਼ਾਰ ਹਜ਼ਾਰ ਵਾਰੀ ਪੀਣੀ ਪੈਂਦੀ। ਮੈਂ ਇਹਨਾਂ ਨੂੰ ਵਿਖਾਣ ਲਿਆ ਹਾਂ ਤੁਹਾਡੇ ਵਰਗੇ ਅਤ ਗੁਣੀ ਕਸਬੀ ਗਾਇਕ ਨਾ ਖੱਟ ਕੇ ਵੀ ਨਾ ਕਮਾ ਕੇ ਵੀ ਕਿਵੇਂ ਰਿਆਜ਼ਤ ਨਹੀਂ ਕੁਸਾਉਂਦੇ। ਇਹ ਗਾਇਕ ਪੰਜਾਬ ਦੇ ਖਾਂ ਸਾਹਿਬ ਕਾਲੇ ਖਾਂ ਸਨ, ਇਹ ਗਾਇਕ ਪੰਜਾਬ ਦੇ ਖਾਨ ਸਾਹਿਬ ਕਾਲੇ ਖਾਂ ਸਨ। ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਂ ਹੋਰਾਂ ਦੇ ਚਾਚੇ। ਭਾਸਕਰ ਬੂਆ ਬਾਰੇ ਜਾਣਕਾਰੀ ਸੁਣਨ ਸਾਂਭਣ ਦੀ ਮੈਨੂੰ ਆਦਤ ਪੈ ਗਈ। ਮੇਰੇ ਜਮਾਤੀ ਅਤੇ ਪੰਡਿਤ ਓਮਕਾਰ ਨਾਥ ਠਾਕਰ ਦੇ ਛੋਟੇ ਭਰਾ ਰਮੇਸ਼ ਚੰਦਰ ਠਾਕਰ ਭਾਸਕਰ ਬੂਆ ਉੱਤੇ ਮਿਟੇ ਹੋਏ ਸਨ। ਭਾਸਕਰ ਬੂਆ ਦੀਆਂ ਕਈ ਚੀਜ਼ਾਂ ਉਹ ਸਗਮੀਆਂ ਆਖਦੇ ਸਨ, ਉਹਨਾਂ ਦਾ ਕਾਣੀ ਬਣਾ ਸਵਾਰ ਕੇ। ਰਮੇਸ਼ ਚੰਦਰ ਠਾਕਰ ਦੀ ਪਾਰੋਂ ਹੀ ਮੇਰਾ ਧਿਆਨ ਭਾਸਕਰ ਬੂਆ ਅਤੇ ਉਹਨਾਂ ਦੇ ਗਾਣੇ ਵੱਲ ਹੋਇਆ ਸੀ। ਸ਼੍ਰੀਮਤੀ ਤਾਰਾਬਾਈ ਸ਼ਰੋਡਕਰ ਦੀ ਮਿਹਰ ਸੀ ਮੈਨੂੰ ਬੂਆ ਸਾਹਿਬ ਦੇ ਸਿਖਾਵਣ ਢੰਗ ਦਾ ਦੱਸਦੇ। ਗੋਵਿੰਦ ਰਾਓ ਤੈਂਬੇ ਬੂਆ ਸਾਹਿਬ ਦੇ ਪਹਿਲੇ ਪੂਰ ਦੇ ਸ਼ਾਗਿਰਦ ਸਨ, ਉਹਨਾਂ ਦੇ ਮਨ ਵਿੱਚ ਆਪਣੇ ਗੁਰੂ ਵਸੇ ਹੋਏ ਸਨ। ਜਦੋਂ ਰੌਂ ਵਿੱਚ ਹੁੰਦੇ ਬੂਆ ਸਾਹਿਬ ਦੀਆਂ ਢੇਰ ਗੱਲਾਂ ਸੁਣਾਉਂਦੇ, ਕਈ ਕਈ ਘੰਟੇ ਲੰਘ ਜਾਂਦੇ ਪਤਾ ਹੀ ਨਾ ਲੱਗਦਾ। ਢੇਰਾਂ ਵਾਰੀ ਉਹਨਾਂ ਮੈਨੂੰ ਭਾਸਕਰ ਬੂਆ ਦੀਆਂ ਬੰਦਿਸ਼ਾਂ ਵੀ ਗਾ ਕੇ ਸੁਣਾਈਆਂ। ਦਲੀਪ ਚੰਦਰ ਬੇਦੀ ਹੋਰਾਂ ਵੀ ਮੈਨੂੰ ਬੂਆ ਸਾਹਿਬ ਦੇ ਸੰਗੀਤ ਬਾਰੇ ਡੂੰਘੀਆਂ ਗੱਲਾਂ ਦੱਸੀਆਂ। ਮੈਂ ਜਦੋਂ ਮਿਲਦਾ ਬੂਆ ਸਾਹਿਬ ਦੀਆਂ ਮਨਪਸੰਦ ਚੀਜ਼ਾਂ ਸੁਣਾਉਣ ਦੀ ਫਰਮਾਇਸ਼ ਕਰਦਾ। ਉਹ ਮੇਰੇ 'ਤੇ ਸਦਾ ਹੀ ਮਿਹਰਬਾਨ ਰਹਿੰਦੇ। ਬੂਆ ਸਾਹਿਬ ਦੇ ਜਵਾਈ ਮਾਧੋ ਰਾਓ ਦਮਨਕਰ ਨੂੰ ਮੈਂ ਪਹਿਲੀ ਵਾਰੀ 1945 ਵਿੱਚ ਮਿਲਿਆ, ਪਰ ਗੂੜ੍ਹੀ ਉਹਨਾਂ ਨਾਲ 1947 ਵਿੱਚ ਪਈ। ਉਹ ਸ਼ਾਮ ਬ੍ਰਾਹਮਣ ਸਭਾ ਵੱਲੋਂ ਭਾਸਕਰ ਬੂਆ ਦੇ ਇੱਕ ਰੋਹਣੀ ਚਿੱਤਰ ਦੀ ਮਹੂਰਤ ਸੀ। ਇਹ ਚਿੱਤਰ ਡਾਕਟਰ ਜੈਕਰ ਨੇ ਬਣਾਇਆ ਸੀ। ਮਾਧੋ ਰਾਓ ਦਮਨਕਰ ਮੈਨੂੰ ਘਰ ਸੱਦਿਆ ਅਤੇ ਭਾਸਕਰ ਬੂਆ ਦੀਆਂ ਉਹ ਕਾਪੀਆਂ ਵਿਖਾਈਆਂ ਜਿਨ੍ਹਾਂ ਵਿੱਚ ਉਹਨਾਂ ਆਪਣੀਆਂ ਚੀਜ਼ਾਂ ਲਿਖੀਆਂ ਹੋਈਆਂ ਸਨ। ਉਹਨਾਂ ਖੁੱਲ੍ਹੇ ਦਿਲੀ ਮੈਨੂੰ ਇਹ ਚੀਜ਼ਾਂ ਉਤਾਰ ਲੈਣ ਦਿੱਤੀਆਂ। ਉਹਨਾਂ ਬੂਆ ਸਾਹਿਬ ਦੀ ਜਿਉਣੀ ਲਈ ਜੋ ਜੋ ਇਕੱਠਾ ਕੀਤਾ ਸੀ ਉਹ ਵੀ ਪੜ੍ਹ ਕੇ ਸੁਣਾਇਆ। ਇਹ ਸਾਰਾ ਕੁਝ ਹੀ ਮਗਰੋਂ ਐਨ ਐਮ ਕੈਲਕਰ ਨੂੰ ਮਿਲਿਆ ਅਤੇ ਉਹਨਾਂ ਥਾਂ ਥਾਂ ਫਿਰ ਕੇ ਬੂਆ ਸਾਹਿਬ ਬਾਰੇ ਪੱਕੀਆਂ ਥਿੱਤੀਆਂ ਗੱਲਾਂ ਜੋੜੀਆਂ ਅਤੇ ਉਹਨਾਂ ਦੀ ਜਿਉਣੀ ਲਿਖੀ। ਇਹਦੀ ਕਿਤਾਬ 19 ਅਕਤੂਬਰ 1967 ਨੂੰ ਸਾਹਮਣੇ ਆਈ। ਅਕਤੂਬਰ 1969 ਦੇ ਅਖੀਰ 'ਤੇ ਬੂਆ ਸਾਹਿਬ ਦਾ 100ਵਾਂ ਜਮਨ ਦਿਹਾੜ ਮਨਾਇਆ ਗਿਆ। ਇਸ ਲਿਖਤ ਰਾਹੀਂ ਮੈਂ ਤੁਹਾਡੇ ਨਾਲ ਬੂਆ ਸਾਹਿਬ ਦੀ ਹਯਾਤੀ ਬਾਬਤ ਕੁਝ ਗੱਲਾਂ ਸਾਂਝੀਆਂ ਕਰ ਸਾਂ। ਇਹ ਜਾਣਕਾਰੀ ਸ਼੍ਰੀ ਦਮਨਕਰ ਹੋਰਾਂ ਦੀ ਦੇਣ ਹੈ। ਭਾਸਕਰ ਰਾਓ ਜੀ 17 ਅਕਤੂਬਰ 1869 ਨੂੰ ਬੜੌਦਾ ਰਿਆਸਤ ਦੇ ਨਿਕਲੇ ਜਿਹੇ ਸ਼ਹਿਰ ਕਥੂਰ ਵਿੱਚ ਜੰਮੇ। ਉਹਨਾਂ ਦੇ ਬਾਪ ਬੜੀ ਘੱਟ ਆਮਦਨ ਵਾਲਾ ਕੋਈ ਕੰਮ ਕਰਦੇ ਸਨ, ਇਸ ਲਈ ਪੁੱਤਰ ਨੂੰ ਕਿਸੇ ਅੰਗਰੇਜ਼ੀ ਸਕੂਲੇ ਪਾਉਣਾ ਉਹਨਾਂ ਦੇ ਵੱਸੋਂ ਬਾਹਰ ਸੀ। ਉਹਨਾਂ ਭਾਸਕਰ ਨੂੰ ਬੜੌਦਾ ਵਿੱਚ ਰਾਜਾ ਰਾਮ ਤੋਪਲੇ ਦੇ ਸੰਸਕ੍ਰਿਤ ਪਾਠਸ਼ਾਲਾ ਵਿੱਚ ਪੜ੍ਹਨੇ ਪਾ ਦਿੱਤਾ। ਰੋਟੀ ਬੜਾ ਮਸਲਾ ਸੀ, ਇਹਦਾ ਦਾਰੂ ਭਾਸਕਰ ਨੇ ਇਹ ਕੀਤਾ, ਕਦੀ ਤਾਂ ਬ੍ਰਹਮਚਾਰੀ ਬਾਹਮਣਾਂ ਤੋਂ ਖਾ ਲੈਣੀ ਅਤੇ ਕਦੀ ਬੂਆ ਬੂਆ ਮੰਗ ਲੈਣਾ। ਰਾਜਾ ਰਾਮ ਸ਼ਾਸਤਰੀ ਵੇਖਿਆ ਭਾਸਕਰ ਸੰਸਕ੍ਰਿਤ ਸ਼ੇਰਾਂ ਨੂੰ ਸੁਰ ਵਿੱਚ ਉਤਾਰ ਕੇ ਬੜੇ ਸੋਹਣੇ ਢੰਗ ਨਾਲ ਸੁਣਾ ਲੈਂਦੇ ਨੇ। ਸ਼ਾਸਤਰੀ ਹੋਰੀ ਉਹਨਾਂ ਤੋਂ ਕਈ ਵਾਰ ਜਮਾਤ ਵਿੱਚ ਸੁਣਨ ਲੱਗ ਪਾਉਂਦੇ। ਭਾਸਕਰ ਥੋੜ੍ਹੇ ਚਿਰ ਵਿੱਚ ਹੀ
ਰਘੋਵੰਸ਼ ਜਿਹੀ ਕਲਾਸਿਕ ਪੜ੍ਹਨ ਜੋਗੇ ਹੋ ਗਏ। ਉਹ ਅਕਸਰ ਹਰੀਦਾਸ, ਵਿਸ਼ਨੂੰ ਬੂਵਾ, ਪੰਗਲੇ ਦਾ ਮਜ਼ਹਬੀ ਸੰਗੀਤ ਸੁਣਨ ਜਾਂਦੇ। ਇਹ ਸੰਗੀਤ ਉਹਨਾਂ ਨੂੰ ਇੰਨਾ ਕੁ ਪੋਇਆ, ਉਹ ਸੰਸਕ੍ਰਿਤ ਪੜ੍ਹਾਈ ਪਿੱਛੇ ਪਾਉਣ ਲੱਗ ਪਿਆ। ਰਾਜਾ ਰਾਮ ਸ਼ਾਸਤਰੀ ਨੂੰ ਪਤਾ ਲੱਗਾ ਤਾਂ ਉਹਨਾਂ ਸਾਰੀ ਗੱਲ ਸਮਝਦਿਆਂ ਭਾਸਕਰ ਨੂੰ ਆਖਿਆ, ਤੈਨੂੰ ਸੰਸਕ੍ਰਿਤ ਦਾ ਪੰਡਿਤ ਬਣਨ ਨਾਲੋਂ ਸੰਗੀਤ ਚੋਖਾ ਪਾਉਂਦਾ, ਮੈਂ ਤੈਨੂੰ ਵਿਸ਼ਨੂੰ ਬੂਆ ਕੋਲ ਗੱਲ ਦੇਸਾਂ, ਉਹ ਤੈਨੂੰ ਸੰਗੀਤ ਦੱਸ ਦਿਆ ਕਰ ਸਾਂ। ਭਾਸਕਰ ਲਈ ਖੁਸ਼ੀ ਦੀ ਹੋਰ ਕਿਹੜੀ ਗੱਲ ਹੋ ਸਕਦੀ ਸੀ। ਉਹ ਪਿੰਗਲੇ ਬੂਆ ਤੋਂ ਗਾਣਾ ਸਿੱਖਣ ਲੱਗ ਪਏ। ਬੂਆ ਕੋਈ ਕਸਬੀ ਬੰਦੇ ਤਾਂ ਨਹੀਂ ਸਨ, ਤਾਂ ਵੀ ਉਹਨਾਂ ਨੂੰ ਜੋ ਕੁਝ ਆਉਂਦਾ ਸੀ ਦਿਲ ਨਾਲ ਭਾਸਕਰ ਨੂੰ ਦੱਸਦੇ ਰਹੇ। ਮਗਰੋਂ ਉਹ ਪਿੰਗਲੇ ਬੂਆ ਨਾਲ ਦਮਨ ਛੈਣੇ 'ਤੇ ਸੰਗਤ ਕਰਨ ਲੱਗ ਪਏ। ਉਹਨਾਂ ਦਾ ਬਾਜ ਅਜੇ ਬਣਿਆ ਤਾਂ ਨਹੀਂ ਸੀ, ਤਾਂ ਵੀ ਸੁਣਵਾਈਆਂ ਵਿੱਚ ਉਹਨਾਂ ਦੇ ਗਾਉਣ ਢੇਰ ਚੱਲੇ। ਗਜਨਨ ਬਾਟ ਬਾਡੀਕਰ ਨਾਂ ਦਾ ਇੱਕ ਬੰਦਾ ਭਾਸਕਰ ਦਾ ਬੜਾ ਧਿਆਨ ਰੱਖਣ ਲੱਗ ਪਿਆ। ਇਹੋ ਹੀ ਉਹਨਾਂ ਨੂੰ ਮੌਲਾ ਬਖਸ਼ ਦੇ ਸੰਗੀਤ ਸਿੱਖਿਆਲੇ ਲੈ ਗਿਆ ਛੀਆਂ ਮਹੀਨਿਆਂ ਮਗਰੋਂ ਸਕੂਲ ਨੇ ਆਪਣਾ ਵਰੇ ਵਾਰ ਜਲਸਾ ਕੀਤਾ। ਬਾਟ ਬਾਡੀਕਰ ਜਲਸੇ ਦੇ ਪ੍ਰਧਾਨ ਸਨ। ਲੋਕਾਂ ਭਾਸਕਰ ਦਾ ਗਾਣਾ ਰੱਜ ਕੇ ਸਲਾਹਿਆ। ਸੇ ਜੀਵੀ ਜੇ ਅਖਬਾਰ ਨੇ ਇਸ ਜਲਸੇ 'ਤੇ ਭਾਸਕਰ ਦੇ ਗਾਣੇ ਦੀ ਬੜੀ ਮਸ਼ਹੂਰੀ ਕੀਤੀ। ਕਰਲੋਸਕਰ ਕੌਂਪਣੀ ਉਸ ਵੇਲੇ ਪਨਵੇਲ ਵਿੱਚ ਖੇਡਦੀ ਪਈ ਸੀ। ਇਸ ਕੌਂਪਣੀ ਦੀ ਮਸ਼ਹੂਰੀ ਸੁਭਦਰਾ ਅਤੇ ਸ਼ਕੁੰਤਲਾ ਨਾਂ ਦੇ ਦੋ ਸੰਗੀਤ ਨਾਟਕਾਂ ਪਾਰੋਂ ਸੀ। ਤੀਜਾ ਨਾਟਕ ਰਾਮ ਰਾਜੀ ਵਿਯੋਗੇ ਉਸ ਵੇਲੇ ਅੰਨਾ ਸਾਹਿਬ ਕਰਲੋਸਕਰ ਜੋੜਦੇ ਪਏ ਸਨ। ਉਹ ਪਹਿਲਾਂ ਪਾਤਰ ਇਕੱਠੇ ਕਰਦੇ ਅਤੇ ਫਿਰ ਨਾਟਕ ਲਿਖਦੇ। ਉਹਨਾਂ ਨੂੰ ਕੇਕਈ ਦੇ ਪਾਤਰ ਲਈ ਇੱਕ ਛੋਰ ਦੀ ਲੋੜ ਸੀ। ਕੇਕਈ ਹੈ ਰਾਮ ਚੰਦਰ ਦੀ ਮਤਰੇਈ ਮਾਂ। ਕਿਸੇ ਨੇ ਉਹਨਾਂ ਨੂੰ ਭਾਸਕਰ ਦੇ ਗਾਣੇ ਅਤੇ ਸਕੂਲ ਜਲਸੇ ਵਾਲੇ ਅਖਬਾਰ ਦੀ ਕਾਪੀ ਕਰ ਦਿੱਤੀ। ਅੰਨਾ ਸਾਹਿਬ ਨੇ ਪੜ੍ਹਿਆ ਤਾਂ ਉਹਨਾਂ ਭਾਸਕਰ ਨੂੰ ਵੇਖਣ ਦੀ ਨੀਅਤ ਕਰ ਲਈ। ਕੰਪਨੀ ਦੇ ਕੈਪਟਨ ਬਾਓ ਰਾਓ ਕੁਲਤਕਰ ਨੇ ਭਾਸਕਰ ਨੂੰ ਵੇਖਿਆ ਅਤੇ ਉਹਨਾਂ ਦਾ ਗਾਣਾ ਸੁਣਿਆ ਹੋਇਆ ਸੀ। ਉਹਨੇ ਵੀ ਕੋਲੋਂ ਸਿਫਾਰਿਸ਼ ਕੀਤੀ। ਬਾਟ ਬਾਡੀਕਰ ਨੇ ਭਾਸਕਰ ਰਾਓ ਨੂੰ ਇਹ ਨਵਾਂ ਰਾਹ ਅਪਣਾਉਣ ਲਈ ਸਮਝਾਇਆ ਅਤੇ ਬਾਓ ਰਾਓ ਕੁਲਤਕਰ ਨਾਲ ਕਰਲੋਸਕਰ ਕੰਪਨੀ 'ਚ ਕੰਮ ਕਰਨ ਕਰ ਦਿੱਤਾ। ਅੰਨਾ ਸਾਹਿਬ ਵੇਖ ਕੇ ਬੜੇ ਰਾਜ਼ੀ ਹੋਏ ਅਤੇ ਉਹਨਾਂ ਨੂੰ ਕੇਕਈ ਦੇ ਪਾਤਰ ਲਈ ਚੁਣ ਲਿਆ। ਦੇਵਲ ਮਾਸਟਰ ਨੂੰ ਸੱਦ ਕੇ ਉਹਨਾਂ ਭਾਸਕਰ ਦੀ ਸਿਖਲਾਈ ਕਰਨ ਲਈ ਆਖਿਆ। ਕੰਪਨੀ ਨੇ ਰਾਮ ਰਾਜੇ ਵਿਯੋਗੇ 19 ਅਗਸਤ 1884 ਵਿੱਚ ਖੇਡਿਆ। ਭਾਸਕਰ ਨੇ ਲੋਕਾਂ ਦੀ ਮਰਜ਼ੀ ਮੂਜਬ ਕੇਕਈ ਦਾ ਸਾਂਗ ਭਰਿਆ। ਇੱਕ ਛੋਟੀ ਗੱਲ ਨਹੀਂ ਸੀ, ਉਹਨਾਂ ਦੀ ਥਾਂ ਕੋਈ ਹੋਰ ਹੁੰਦਾ ਤਾਂ ਥੀਏਟਰੀ ਲਿਸ਼ਕਾਰਿਆਂ ਵਿੱਚ ਹੀ ਗਰਕ ਜਾਂਦਾ, ਪਰ ਭਾਸਕਰ ਨੂੰ ਪੂਰਾ ਚਾਨਣ ਸੀ। ਉਹ ਜਾਣਦੇ ਸਨ ਜਦੋਂ ਉਹਨਾਂ ਦਾ ਆਵਾਜ਼ ਵਿਗੜਨਾ ਤਾਂ ਕੰਪਨੀ ਨੇ ਵੀ ਪੱਲਾ ਛੁਡਾ ਲੈਣਾ। ਉਹਨਾਂ ਦਾ ਵੱਡਾ ਨਿਸ਼ਾਨਾ ਤਾਂ ਪੱਕਾ ਗਾਣਾ ਸਿੱਖਣ ਦਾ ਸੀ। ਕੰਪਨੀ ਨਾਲ ਪੰਧ ਝਾਕਦਿਆਂ ਵੀ ਉਹ ਇਸ ਪਾਸਿਓਂ ਅਵੇਸਲੇ ਨਾ ਹੋਏ। ਜਿਸ ਵੀ ਨਵੇਂ ਸ਼ਹਿਰ ਜਾਂਦੇ ਉੱਥੇ ਦੇ ਵੱਡੇ ਵੱਡੇ ਗਵਾਈਆਂ ਅਤੇ ਸਾਜ਼ਕਾਰਾਂ ਦੀ ਸੂਹ ਕੱਢ ਕੇ ਜਿੱਥੋਂ ਤਾਈਂ ਹੋ ਸਕਦਾ ਚੋਖਾ ਵੇਲਾ ਉਹਨਾਂ ਦੀ ਸੰਗਤ ਵਿੱਚ ਰਹਿੰਦੇ। ਨਾਟਕ ਕੰਪਨੀਆਂ ਅਤੇ ਵੱਡੇ ਸੰਗੀਤਕਾਰਾਂ ਦੀ ਬੜੀ ਨੇੜ ਸੀ। ਕਰਲੋਸਕਰ ਕੰਪਨੀ ਇੰਦੌਰ ਗਈ ਤਾਂ ਬੰਦੇ ਅਲੀ ਖਾਂ ਉਹਨਾਂ ਦਾ ਕੋਈ ਨਾਟਕ ਨਾ ਖੁੰਝਾਉਂਦੇ। ਇੱਕ ਵਾਰ ਤਾਂ ਉਹ ਇੰਨੇ ਕੁ ਰਾਜ਼ੀ ਹੋਏ, ਰਾਤ ਕੰਪਨੀ ਦੇ ਡੇਰੇ 'ਤੇ ਹੀ ਟਿਕ ਪਏ।
ਇੰਨੇ ਰਾਜ਼ੀ ਹੋਏ ਰਾਤ ਕੰਪਨੀ ਦੇ ਡੇਰੇ 'ਤੇ ਟਿਕ ਪਏ। ਸਵੇਰੇ ਜੋ ਮੋਟਾ ਮੋਟਾ ਸਾਂਗੀਆ ਸੀ ਖਾਨ ਸਾਹਿਬ ਨੂੰ ਸਲਾਮ ਕਰਨ ਗਿਆ, ਉਹ ਅੱਗੋਂ ਇੱਕੋ ਹੀ ਗੱਲ ਪੁੱਛਣ, ਉਹ ਕਿੱਥੇ ਜੇ? ਕਿਸੇ ਨੂੰ ਸਮਝ ਨਾ ਆਵੇ ਵੀ ਕਿੱਦਾਂ ਪੁੱਛਦੇ ਨੇ। ਅਖੀਰ ਖਾਨ ਸਾਹਿਬ ਨੇ ਪਿਛਲੀ ਰਾਤ ਦਾ ਇੱਕ ਗਾਵਣ ਜੋ ਨੈਨਾ ਚਕੋਰ ਬੁੱਲਾਂ 'ਚ ਗਾਉਂ ਕੇ ਪੁੱਛਿਆ, ਜਿਹੜੇ ਛੋਰ ਇਹ ਗਮਿਆ ਸੀ ਕਿੱਥੇ? ਭਾਸਕਰ ਸੱਦੇ ਗਏ ਤਾਂ ਖਾਨ ਸਾਹਿਬ ਉਹਨਾਂ ਨੂੰ ਮਿਲ ਕੇ ਢੇਰ ਰਾਜ਼ੀ ਹੋਏ। ਆਖਣ ਲੱਗੇ, ਇਸ ਛੋਰ ਦੇ ਆਵਾਜ਼ ਵਿੱਚ ਜਾਦੂ ਹੈ, ਮੈਂ ਇਹਨੂੰ ਗੰਢਾ ਬੰਨ੍ਹ ਕੇ ਗਾਣਾ ਦੱਸਣ ਲੱਗਾ। ਉਹਨਾਂ ਪੱਲਿਓਂ ਸਾਰੀਆਂ ਛਾਵਾਂ ਮੰਗਵਾਈਆਂ ਅਤੇ ਗੁੱਟ 'ਤੇ ਕਾਲਾ ਧਾਗਾ ਬੰਨ੍ਹ ਕੇ ਬੋਰ ਕਈ ਮਿਲਨ ਬਹੇਲਵਾ ਵਾਲੀ ਚੀਜ਼ ਸਿਖਾਈ। ਮਾੜੇ ਭਾਗ ਕੰਪਨੀ ਇੰਦੌਰ ਤੋਂ ਛੇਤੀ ਕੂਚ ਕਰ ਲਿਆ ਅਤੇ ਭਾਸਕਰ ਦੀ ਸਿੱਖਿਆ ਵਿਚੇ ਰਹਿ ਗਈ। ਉੱਤੋਂ ਬੰਦੇ ਅਲੀ ਖਾਨ ਨਾਲ ਮੇਲ ਪਾਰੋਂ ਹਰ ਵੱਡਾ ਐਕਟਰ ਭਾਸਕਰ ਤੋਂ ਸੜਨ ਲੱਗ ਪਿਆ।